ਤੁਹਾਨੂੰ ਦਿਖਾਉਣੇ ਆ ਜੀ ਹੁਣ ਅਸੀਂ ਇਹ ਹੈ ਇਰੀਗੇਸ਼ਨ ਸਿਸਟਮ ਜਾਨੀ ਕਿ ਸਿੰਚਾਈ ਦਾ ਇੱਕ ਸਿਸਟਮ ਇਹ ਆਏ ਨੇ ਜੀ ਜੈਨ ਇਰੀਗੇਸ਼ਨ ਸਿਸਟਮ ਵਾਲੇ ਤੇ ਸਾਡੇ ਨਾਲ ਇੱਥੇ ਸਟਾਲ ਤੇ ਜਗਦੀਸ਼ ਵਰਮਾ ਜੀ ਨੇ ਆਪਾਂ ਇਹਨਾਂ ਤੋਂ ਕੁਝ ਜਾਣਕਾਰੀ ਲੈਣੇ ਆ ਆ ਤੁਸੀਂ ਦੇਖ ਲਓ ਇਹਨਾਂ ਕੋਲ ਕਾਫੀ ਸਮਾਨ ਪਿਆ ਆ ਤੇ ਸਰ ਇਹ ਬੇਸਿਕਲੀ ਕੀ ਹੈਗਾ ਜੀ ਇਰੀਗੇਸ਼ਨ ਸਿਸਟਮ ਸਰ ਇਹ ਮੇਨ ਆਪਣਾ ਸਿਸਟਮ ਹੈ ਜਿਹੜੇ ਆਪਣੇ ਬੂਟੇ ਹੋ ਗਏ ਕੋਈ ਵੀ ਸਬਜ਼ੀਆਂ ਹੋ ਗਈ ਬਾਗਵਾਨੀ ਹੋ ਗਿਆ ਇਹ ਸਾਰੇ ਤੁਪਕਾ ਸਿਸਟਮ ਫੁਹਾਰਾ ਸਿਸਟਮ ਉਸ ਪਰ ਲੱਗਦਾ ਹੈ ਮੇਨ ਬੇਸਿਕ ਇਹ ਹੈ ਕਿ ਜਿੱਦਾਂ ਆਪਾਂ ਖੁੱਲ੍ਹਾ ਪਾਣੀ ਯੂਜ ਕਰਦੇ ਹਾਂ ਆਪਾਂ ਵਾਟਰ ਸੇਵਿੰਗ ਦਾ ਕੰਮ ਕਰਦੇ ਸਭ ਤੋਂ ਵੱਡਾ ਫਾਇਦਾ ਹੈ ਕਿ ਇਹਨਾਂ ਪਾਣੀ ਇਹਨਾਂ ਦਾ ਆਪਣਾ ਪਾਣੀ ਬਚੂਗਾ ਅਤੇ ਆਪਣਾ ਨਾਲ ਖਾਦ ਬਚੂਗਾ ਬਿਜਲੀ ਵੀ ਬਚੇਗੀ ਬਿਜਲੀ ਵੀ ਬਚੂਗਾ ਅਤੇ ਪ੍ਰੋਡਕਸ਼ਨ ਵੀ ਤੁਹਾਡਾ ਕਰੀਬ 20-25% ਜ਼ਿਆਦਾ ਹੀ ਹੋਣਾ ਜੀ ਅਤੇ ਇਹਦੇ ਉੱਪਰ ਸਰਕਾਰ 80-90% ਸਬਸਿਡੀ ਵੀ ਦਿੱਤੀ ਹੈ ਅੱਛਾ ਹਾਂ ਸਬਸਿਡੀ ਵਾਲਾ ਯਾਰ ਦੱਸਿਓ ਇਹ ਆਪਾਂ ਲਵਾ ਸਕਦੇ ਹਾਂ ਬਿਲਕੁਲ ਲਵਾ ਸਕਦੇ ਅੱਛਾ ਇਹ ਖੇਤੀ ਜਿਹੜਾ ਸੈਕਟਰ ਆ ਉਹਨਾਂ ਨੂੰ ਸਬਸਿਡੀ ਆ ਹਨਾ ਬਿਲਕੁਲ ਇਹ ਜਿੰਨਾ ਛੋਟੇ ਕਿਸਾਨ ਬਾਈ ਹੈ 4 ਕਨਾਲਾਂ ਤੋਂ ਲੈ ਕੇ 8 ਕਨਾਲਾਂ ਵੀ ਕਰਵਾ ਸਕਦੇ ਮਿਨੀਮਮ 4 ਕਨਾਲ ਮਿਨੀਮਮ 4 ਕਨਾਲ ਤੁਹਾਡੇ ਕੋ ਹੋਣੇ ਚਾਹੀਦੇ ਨੇ ਠੀਕ ਆ ਤੇ ਇਸ ਤੇ 80-90% 90% ਇਦਾਂ ਜਿਵੇਂ ਆਪਣੇ ਛੋਟੇ ਫਾਰਮਰ ਹੈ ਉਹਨਾਂ ਦੇ ਕੋਲ 5 ਏਕੜ ਤੇ 1 ਏਕੜ ਜ਼ਮੀਨ ਹੈ ਜੀ ਜਾਂ ਕੋਈ ਸ਼ਡਿਊਲ ਕਾਸਟ ਕੇ ਫਾਰਮਰ ਹੈ ਉਹਨਾਂ ਨੂੰ 90% ਮਿਲ ਜਾਂਦਾ ਅੱਛਾ ਜੀ ਲੇਡੀਜ਼ ਨੂੰ ਕੋਈ ਵੱਖਰਾ ਹੈ ਹਾਂ ਲੇਡੀਜ਼ ਨੂੰ ਵੀ 90% ਅੱਛਾ ਅਗਰ ਜ਼ਮੀਨ ਲੇਡੀ ਦੇ ਨਾਂ ਤੇ ਹੈ ਔਰਤ ਦੇ ਨਾਂ ਤੇ ਹੈ ਉਹ 90% ਤੇ 90% ਸਬਸਿਡੀ ਦੇਾਂਗੇ ਉਦਾਂ ਇਹਦਾ ਖਰਚਾ ਕੀ ਹੈ ਮਾੜਾ ਦੱਸਿਓ ਜਰਾ ਖਰਚਾ ਸਰ ਜਿਹੜਾ ਸਬਜ਼ੀਆਂ ਵਾਸਤੇ ਡ੍ਰਿਪ ਲਾਈਨ ਯੂਜ਼ ਕਰਦੇ ਹੈ ਉਹਦਾ ਖਰਚਾ ਕਰੇ 65-70 ਹਜ਼ਾਰ ਰੁਪਏ 65-70 ਹਜ਼ਾਰ ਹੈ 1 ਕਿੱਲੇ ਦਾ ਹਾਂਜੀ ਤੇ ਜਦੋਂ ਸਬਸਿਡੀ ਮਿਲ ਗਈ ਸਬਸਿਡੀ ਕੱਟ ਕੇ ਤੁਹਾਡਾ ਖਰਚਾ ਕਰੀਬ 14-15 ਹਜ਼ਾਰ ਕਿ ਲੱਗੇਗਾ 1 ਕਿੱਲੇ ਪਿੱਛੇ ਲੱਗੇਗਾ ਠੀਕ ਆ ਜਿੱਦਾਂ ਹੁਣ ਛੋਟੇ ਕਿਸਾਨ ਨੇ ਜਿਹੜੇ ਸਬਜ਼ੀ ਦਾ ਕੰਮ ਕਰਦੇ ਆ ਉਹ ਇਹ ਚੀਜ਼ ਪਾਪੂਲਰ ਹੋ ਰਹੀ ਆ ਸਰ ਬਹੁਤ ਲੱਗ ਰਹੀ ਹੈ ਇਹ ਹੁਣ ਲੱਗ ਰਹੀ ਨੇ ਹਾਂਜੀ ਬਹੁਤ ਲੋਕ ਯੂਜ਼ ਕਰ ਰਹੇ ਆ ਠੀਕ ਆ ਤੇ ਤੁਹਾਡੇ ਕੋਲੋਂ ਕਿੰਨਾ ਕ ਇਸ ਵਕਤ ਪੰਜਾਬ ਤੋਂ ਕਿੰਨੀ ਕ ਮੰਗ ਆ ਤੁਹਾਡੇ ਕੋਲ ਆ ਰਹੀ ਹੈ ਪੰਜਾਬ ਦੇ ਲੋਕ ਚਾਹੁੰਦੇ ਨੇ ਇਹ ਲਾਉਣਾ ਸਰ ਬਿਲਕੁਲ ਲਗਾਉਣਾ ਚਾਹੁੰਦੇ ਹੈ ਅੱਛਾ ਜੀ ਜਿਹੜੇ ਬੰਦੇ ਸਬਜ਼ੀਆਂ ਵਗੈਰਾ ਕਰ ਰਹੇ ਹੈ ਜੀ वो सब्जियां बेड पे अपना कोई गोभी लगा रहे हैं मटर लगा रहे हैं जो भी समथिंग लगा रहे हैं जी ओदे बीचो एक लाइन बिछा के बेड पे वो उना दे वाटर सेविंग हो रही है जी उना दे खाद बचत हो रही है जी उना दे प्लांट दी ग्रोथ जड़ी है ग्लूकोज दी टाइप उना नु तुपका तुपका करके पानी मिल रहा है जी ठीक है ओदी प्रोडक्शन करीब 25-30% अगेंस्ट फ्लड जी बड़ा फ्लड दे रहे हैं फ्लड में क्या होता है कि अपनी ग्रोथ एक बार रुक जाती है हफ्ते भर के लिए रुक जाती है उसमें ये मॉइस्चर उतना ही मिलता है जितना आपको नीड जितनी जरूरत है ठीक है ना नीड के हिसाब से हम उसमें पानी दे रहे हैं खाद दे रहे हैं तो उसकी ग्रोथ प्रॉपर होती है ठीक है तो जे कोई थोड़े तो लवाना चाहता है इथे पंजाब दे विच थोड़े किथे थोड़े मतलब किथे संपर्क हो सकता है सर देखिए अपने डिस्ट्रिक्ट वाइज डिस्ट्रीब्यूटर होते हैं डिस्ट्रिक्ट वाइज ओके ठीक है हमारे एम्प्लॉई अलग अलग डिस्ट्रिक्ट में होते हैं जैसे पूरे पंजाब च हैगे ने ਪੂਰੇ ਪੰਜਾਬ ਤੇ ਠੀਕ ਹੈ ਆਪਣਾ ਮੇਨ ਕੋਈ ਨੰਬਰ ਦੇਵੋ ਜੀ ਜੇ ਕੋਈ ਤੁਹਾਡਾ ਕਿਸਾਨ ਵੀਰ ਸੰਪਰਕ ਕਰਨਾ ਚਾਹੁੰਦਾ ਹੋਵੇ ਵੀਰ ਭਰਾ ਭੈਣ ਸਰ ਮੇਰਾ ਨੰਬਰ ਹੈ ਜੀ 8427070367 ਜੀ ਮੈਂ ਜਲੰਧਰ ਮੇ ਰਹਤਾ ਹੂੰ ਓਕੇ ਤੁਸੀਂ ਜਲੰਧਰ ਤੋਂ ਆਪਰੇਟ ਕਰਦੇ ਹੋ ਜਲੰਧਰ ਤੇ ਮੈਂ ਆਪਰੇਟ ਕਰਤਾ ਹੂੰ ਬਾਕੀ ਆਪਣੇ ਏਰੀਆ ਵਾਈਜ਼ ਡਿਸਟ੍ਰਿਕਟ ਵਾਈਜ਼ ਡਿਸਟ੍ਰੀਬਿਊਟਰ ਹੋਤੇ ਹੈ ਹਮ ਵਹਾਂ ਸੇ ਕੰਮ ਕਰਵਾਤੇ ਹੈ ਜਹਾਂ ਸੇ ਨੀਅਰੈਸਟ ਹੋਤੇ ਅੱਛਾ ਜੀ ਤੇ ਇਹ ਤੁਹਾਡਾ ਇੱਕ ਕਾਰਡ ਵੀ ਹੈਗਾ ਇੱਥੇ ਇਹ ਦੇ ਸਕਦੇ ਆ ਅਸੀਂ ਇਹ ਆਪਣੇ ਜਲੰਧਰ ਦੇ ਡਿਸਟ੍ਰੀਬਿਊਟਰ ਹੈ ਅੱਛਾ ਜੀ ਇਹ ਕਾਰਡ ਦੇਣਾ ਤੁਸੀਂ ਦੇ ਸਕਦੇ ਆ ਆਪਾਂ ਅੱਛਾ ਜੀ ਇਹ ਜਲੰਧਰ ਦੇ ਤੁਹਾਡੇ ਡਿਸਟ੍ਰੀਬਿਊਟਰ ਹੈ ਡਿਸਟ੍ਰੀਬਿਊਟਰ ਨੇ ਜੀ ਇਹ ਜਲੰਧਰ ਦੇ ਹਾਂ ਤੇ ਆ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਜਲੰਧਰ ਦੇ ਵਿੱਚ ਤੇ ਜੇ ਤੁਸੀਂ ਚਾਹੋ ਤੇ ਕਿਸੇ ਹੋਰ ਜ਼ਿਲ੍ਹੇ ਤੋਂ ਸੰਪਰਕ ਕਰਨਾ ਚਾਹੁੰਦੇ ਹੋ ਤੇ ਆ ਸਰ ਉਹਨਾਂ ਨੇ ਨੰਬਰ ਬੋਲਤਾ ਸਕਰੀਨ ਤੇ ਆ ਗਿਆ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਆ ਤੇ ਤੁਸੀਂ ਇਹਨਾਂ ਤੋਂ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਲੈ ਸਕਦੇ ਇਹਦੇ ਬਾਰੇ ਔਰ ਇਹ ਭਵਿੱਖ ਦੇ ਵਿੱਚ ਸਾਨੂੰ ਬਹੁਤ ਜਲਦੀ ਇਸ ਪਾਸੇ ਆਉਣਾ ਪੈਣਾ ਕਿਉਂਕਿ ਪਾਣੀ ਦੀ ਜਿਹੜੀ ਘਾਟ ਆ ਉਹਦੇ ਕਰਕੇ ਜੋ ਸਮੱਸਿਆਵਾਂ ਪੰਜਾਬ ਜਿਹੜਾ ਆ ਉਹ ਜੂਝ ਰਿਹਾ ਆ ਤੇ ਅੰਤ ਨੂੰ ਸਾਨੂੰ ਇਹਨਾਂ ਸਿਸਟਮ ਵੱਲ ਹੀ ਜਾਣਾ ਪੈਣਾ ਆ ਸਾਰਾ ਸਰ ਕੀ ਹੈ ਇਹ ਮਾੜਾ ਬੋਲ ਦਿਓ ਇਹ ਕੀ ਹੈ ਇਹ ਸਰ ਕੀ ਹੈ ਜੀ ਰੈਡਿਊਸਿੰਗ ਟੀ ਹੈ ਜਿਵੇਂ ਆਪਾਂ ਬੂਟੇ ਲਗੇ ਹੈ ਓਕੇ ਓਕੇ ਉਹ ਲੂਪ ਬਣਾਉਣਾ ਹੈ ਤਾਂ ਉੱਥੇ ਟੀ ਵਗੈਰਾ ਇਹ ਡ੍ਰਿਪਰ ਹੈ ਬੂਦ ਬੂਦ ਕਰਕੇ ਪਲਾਂਟਾਂ ਨੂੰ ਪਾਣੀ ਦਿੰਦਾ ਹੈ ਠੀਕ ਹੈ ਇਹ ਸਾਰੇ ਲੱਗਦੇ ਨੇ ਹਾਂਜੀ ਠੀਕ ਹੈ ਆ ਜਿਹੜੀ ਆ ਕੀ ਆਈਟਮ ਹੈ ਮੜਿਆ ਦਿਖਾਓ ਆ ਸਰ ਫੁਹਾਰਾ ਸਿਸਟਮ ਹੈ
आलू वगैरह या किसी और क्रॉप में फुहारा सिस्टम जिदा अच्छा जी अपना मीह पैंदा है उस तरीके नाल ही चलदा ते ए वाला आपने फॉगर सिस्टम है खोलियो माड़ा जी जेड़ा ए पोल्ट्री फार्म हो गया जी ते डंगरा वास्ते हो गया जी आ यूज करते हैं आप अच्छा जी ठीक है आ माइक्रो स्प्रिंकलर हो गए जिदा नर्सरी वगैरह जेड़े तैयार पोल्ट्री फार्म वालियां लई ते बाकियां लई भी सब्सिडी है नहीं पोल्ट्री फार्म वास्ते सब्सिडी नहीं ठीक है ना सिर्फ खेती वास्ते है उन्होंने खेती वास्ते ये है कि जिदा ड्रिप सिस्टम फुहारा सिस्टम ये 80-90% है ते जिहड़ा फ्लड वास्ते जी पाइपलाइन दा सिस्टम हैगा जी जिहड़े किले किले ते नक्का ले सकते हैं आपा जी आड़ बनाने दी लोड नहीं है ओके उत्थे भी 50% सब्सिडी अपनी पंजाब गवर्नमेंट दे रही है ओके उहदा मतलब 8 इंची का खर्चा अप्रोक्सीमेटली करीब 25-26 हज़ार रुपये है ठीक है जी ते टोटल खर्चा उदा अप्रोक्सीमेट 50-52 हज़ार रुपये किले का खर्चा ते सब्सिडी कट के करीब 25-26 हज़ार के लगभग बहुत बहुत धन्यवाद सर तुसी सानू जानकारी दिती बड़ी बड़मुली जानकारी आ पंजाब नू भविख च इन्हां चीज़ां की लोड़ पैनी आ सो अज ही लोड़ है वैसे तो भविख च क्यों अज ही लोड़ है सानू सो जे कोई चाहुंदा आ जी इन्हां नाल संपर्क करना तो कर सकदा नंबर आपां देते आ तो जुड़े रहो जी कैनवस दे नाल एक नवीं वीडियो नाल तुहानू जल्द हाजिर होंगे सत श्री अकाल।